ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਪ੍ਰੇਰਣਾ ਤੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਦੱਸ ਦਈਏ ਕਿ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੌਰਾਨ ਅੱਜ ਮਿਤੀ ਦਾ ਐਲਾਨ ਕੀਤਾ ਜਾਣਾ ਸੀ। ਵਿਧਾਨ ਸਭਾ ਚੋਣਾਂ ਦੀ ਜੋ ਮਿਤੀ ਹੈ, ਤਰੀਕ ਹੈ, ਉਸਦਾ ਐਲਾਨ ਕੀਤਾ ਜਾਣਾ ਸੀ, ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ 14 ਫਰਵਰੀ ਨੂੰ ਹੁਣ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ। ਲਗਾਤਾਰ ਵੱਡੀ ਅਪਡੇਟ ਦੱਸ ਰਹੇ ਹਾਂ ਅਤੇ ਦੱਸ ਦਈਏ ਕਿ ਸਿਆਸੀ ਪਾਰਟੀਆਂ ਦੀ ਵੀ ਲਗਾਤਾਰ ਨਿਗਾਹਾਂ ਜਿਹੜੀਆਂ ਟਿੱਕੀਆਂ ਹੋਈਆਂ ਸੀ ਕਿ ਕੀ ਹੋਵੇਗਾ, ਕੀ ਨਤੀਜੇ ਸਾਹਮਣੇ ਆਉਣਗੇ, ਪਰ ਜਿਹੜਾ ਹੁਣ ਵੱਡਾ ਐਲਾਨ ਕਰ ਦਿੱਤਾ ਗਿਆ ਹੈ, 14 ਫਰਵਰੀ ਨੂੰ ਵੋਟਿੰਗ ਕੀਤੀ ਜਾਵੇਗੀ ਅਤੇ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਲਗਾਤਾਰ ਵੱਡੀ ਅਪਡੇਟ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਚੋਣਾਂ ਦਾ ਜਿਹੜਾ ਮਿਤੀ ਸੀ ਇਸਦੀ ਲਗਾਤਾਰ ਵੇਟ ਕੀਤੀ ਜਾ ਰਹੀ ਸੀ, ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਇਸਦੀ ਤਰੀਕ ਆਵੇਗੀ ਅਤੇ ਐਲਾਨ ਕਰ ਦਿੱਤਾ ਗਿਆ 14 ਫਰਵਰੀ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਅਤੇ 10 ਮਾਰਚ ਨੂੰ ਇਸਦਾ ਐਲਾਨ ਕੀਤਾ ਜਾਵੇਗਾ ਨਤੀਜੇ ਦਾ। ਲਗਾਤਾਰ ਵੱਡੀ ਅਪਡੇਟ ਦਿਖਾ ਰਹੇ ਹਾਂ ਤੁਹਾਨੂੰ। ਦੱਸ ਦਈਏ ਕਿ ਕੋਵਿਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਰਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਨਾਲ ਕੋਵਿਡ ਦੇ ਨਿਯਮਾਂ ਦੇ ਅੰਤਰਗਤ ਹੀ ਜੋ ਹੈ ਚੋਣਾਂ ਦਾ ਸਾਰਾ ਕੰਮ ਕੀਤਾ ਜਾਵੇਗਾ। ਲਗਾਤਾਰ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 15 ਜਨਵਰੀ ਤੱਕ ਜੋ ਹੈ ਰੋਡ ਸ਼ੋਅ ਵੀ ਜਿਹੜੇ ਨੇ ਬੰਦ ਕਰਨ ਦੀ ਵੱਡੀ ਗੱਲ ਆਖੀ ਗਈ ਹੈ। 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ ਨਹੀਂ ਕੀਤਾ ਜਾਏਗਾ। ਲਗਾਤਾਰ ਵੱਡੀ ਅਪਡੇਟ ਦਿਖਾ ਰਹੇ ਹਾਂ। ਦੱਸ ਦਈਏ ਕਿ ਪੰਜਾਬ ਦੇ ਵਿੱਚ ਉਮੀਦਵਾਰਾਂ ਨੂੰ ਜਿਹੜਾ 40 ਲੱਖ ਖਰਚਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਕਰੋਨਾ ਗਾਈਡਲਾਈਨਸ ਦੇ ਮੱਦੇਨਜ਼ਰ ਹੀ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਅਧਿਕਾਰੀਆਂ ਨੂੰ ਬੂਸਟਰ ਖੁਰਾਕ ਵੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਡਿਊਟੀ ਹੋਵੇਗੀ ਉਹਨਾਂ ਨੂੰ ਦੋਨੋਂ ਡੋਜ਼ ਲੱਗੀਆਂ ਜ਼ਰੂਰੀ ਹੋਣੀ ਚਾਹੀਦੀਆਂ ਨੇ। ਉੱਥੇ ਤੁਹਾਨੂੰ ਦੱਸ ਦਈਏ ਕਿ ਵੋਟਿੰਗ ਦਾ ਸਮਾਂ ਵੀ ਵਧਾਇਆ ਗਿਆ 1 ਘੰਟਾ ਅਤੇ ਜੇਕਰ ਗੱਲ ਕੀਤੀ ਜਾਵੇ ਰੋਡ ਸ਼ੋਅਜ਼ ਦੀ ਤਾਂ 15 ਜਨਵਰੀ ਤੱਕ ਰੋਡ ਸ਼ੋਅ ਬਿਲਕੁਲ ਬੰਦ ਕਰ ਦਿੱਤੇ ਗਏ ਨੇ, ਨਾ ਹੀ ਕੋਈ ਫਿਜ਼ੀਕਲ ਰੈਲੀ ਕੀਤੀ ਜਾਵੇਗੀ ਅਤੇ ਨਾ ਹੀ ਰੋਡ ਸ਼ੋਅ ਕੀਤੇ ਜਾਣਗੇ। ਲਗਾਤਾਰ ਵੱਡੀ ਅਪਡੇਟ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਰੋਨਾ ਦੇ ਨਿਯਮਾਂ ਦੇ ਤਹਿਤ ਇਹ ਸਭ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ ਅਤੇ ਉਸਦੇ ਨਾਲ ਹੀ ਦੱਸ ਦਈਏ ਇੱਕ ਵਾਰ ਫਿਰ ਤੋਂ ਕਿ ਇੱਕ ਗੇੜੇ ਦੇ ਵਿੱਚ ਹੋਣਗੀਆਂ ਇਹ ਪੰਜਾਬ ਵਿਧਾਨ ਸਭਾ ਚੋਣਾਂ ਅਤੇ 14 ਫਰਵਰੀ ਨੂੰ ਇਹ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਦੱਸ ਦਈਏ ਕਿ ਪੰਜਾਬ ਦੇ ਵਿੱਚ ਉਮੀਦਵਾਰਾਂ ਨੂੰ ਜਿਹੜਾ 40 ਲੱਖ ਖਰਚਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਕਰੋਨਾ ਗਾਈਡਲਾਈਨਸ ਦੇ ਮੱਦੇਨਜ਼ਰ ਹੀ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਅਧਿਕਾਰੀਆਂ ਨੂੰ ਬੂਸਟਰ ਖੁਰਾਕ ਵੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਡਿਊਟੀ ਹੋਵੇਗੀ ਉਹਨਾਂ ਨੂੰ ਦੋਨੋਂ ਡੋਜ਼ ਲੱਗੀਆਂ ਜ਼ਰੂਰੀ ਹੋਣੀ ਚਾਹੀਦੀਆਂ ਨੇ। ਉੱਥੇ ਤੁਹਾਨੂੰ ਦੱਸ ਦਈਏ ਕਿ ਵੋਟਿੰਗ ਦਾ ਸਮਾਂ ਵੀ ਵਧਾਇਆ ਗਿਆ 1 ਘੰਟਾ ਅਤੇ ਜੇਕਰ ਗੱਲ ਕੀਤੀ ਜਾਵੇ ਰੋਡ ਸ਼ੋਅਜ਼ ਦੀ ਤਾਂ 15 ਜਨਵਰੀ ਤੱਕ ਰੋਡ ਸ਼ੋਅ ਬਿਲਕੁਲ ਬੰਦ ਕਰ ਦਿੱਤੇ ਗਏ ਨੇ, ਨਾ ਹੀ ਕੋਈ ਫਿਜ਼ੀਕਲ ਰੈਲੀ ਕੀਤੀ ਜਾਵੇਗੀ ਅਤੇ ਨਾ ਹੀ ਰੋਡ ਸ਼ੋਅ ਕੀਤੇ ਜਾਣਗੇ। ਲਗਾਤਾਰ ਵੱਡੀ ਅਪਡੇਟ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਰੋਨਾ ਦੇ ਨਿਯਮਾਂ ਦੇ ਤਹਿਤ ਇਹ ਸਭ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ ਅਤੇ ਉਸਦੇ ਨਾਲ ਹੀ ਦੱਸ ਦਈਏ ਇੱਕ ਵਾਰ ਫਿਰ ਤੋਂ ਕਿ ਇੱਕ ਗੇੜੇ ਦੇ ਵਿੱਚ ਹੋਣਗੀਆਂ ਇਹ ਪੰਜਾਬ ਵਿਧਾਨ ਸਭਾ ਚੋਣਾਂ ਅਤੇ 14 ਫਰਵਰੀ ਨੂੰ ਇਹ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ।